ਪੁਲਿਸ ਵੀ ਕਰਤਾ ਫੋਨ ਮੇਰੀ ਸੁਣਨਾ ਗੱਲ ਭਾਊ ਤੇਰੇ ਮੂੰਹ ਚੁੱਪ ਮੈਂ ਤੂੰ ਤੂੰ ਮਾਰਦਾ ਕੀ ਲੈਣ ਦੇਣ ਭਰਾ ਕੱਲ ਕੱਲ ਦੇਰ ਸ਼ਾਮ ਰਾਤ ਦੀ ਗੱਲ ਹੈਗੀ ਜੀ ਮੈਂ ਆਪਣੀ ਕਟਿੰਗ ਕਰਾਉਣ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਮਹੀਨੇ ਬਾਅਦ ਜਾ ਕੇ ਸਾਨੂੰ ਲੋੜ ਪੈ ਜਾਂਦੀ ਹੈ ਦਾੜੀ ਮੈਂ ਆਪਣੀ ਸੈੱਟ ਕਰਾਉਣ ਵਾਸਤੇ ਮੈਂ ਉੱਥੇ ਆਪਣਾ ਜਿਹੜਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਲ ਮੈਂ ਜਾਂਦਾ ਵਾਂ ਫਾਟਕੋ ਪਾਰ ਮੁੰਨ ਕਰਕੇ ਨਾਮ ਹੈਗਾ ਹੇਅਰ ਡਰੈਸਰ ਹੈਗਾ ਉਹਦੇ ਕੋਲ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਗਿਆ ਵੀ ਮੈਂ ਇਕੱਲਾ ਸੀ ਪੈਦਲ ਇਕੱਲੇ ਹੀ ਵਾਪਸ ਪੈਦਲ ਆ ਰਿਹਾ ਸੀ ਉੱਥੋਂ ਮੈਂ ਜਦੋਂ ਮੈਂ ਉੱਥੋਂ ਦੀ ਉਹਨਾਂ ਦਾ ਜਿਹੜਾ ਇਹਨਾਂ ਨੇ ਨੇਂਗਾ ਨੇ ਜਿਹੜਾ ਉੱਥੇ ਲਗਾਇਆ ਵਾ ਆਪਣਾ ਅੱਡਾ ਹੁਣ ਪੱਕਾ ਹੋ ਗਿਆ ਤਾਂ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੇਚਦੇ ਹੁੰਦੇ ਸਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਤਾ ਵਾ ਮੇਰੇ ਖਿਆਲ 'ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨੂੰ ਜ਼ਿਆਦਾ ਸਮਾਂ ਹੋ ਗਿਆ ਹੋਏਗਾ ਅਤੇ ਉੱਥੋਂ ਮੈਂ ਜਿੱਦਾਂ ਕ੍ਰੋਸ ਕੀਤਾ ਅੱਗੇ ਜਾ ਕੇ ਲਾਈਨਾਂ ਤੋਂ ਜਸਟ ਥੋੜ੍ਹਾ ਜਿਹਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਤਾ ਆਂਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਹੈਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਅਤੇ ਮੇਰੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜ੍ਹੇ ਵਿਅਕਤੀ ਨੂੰ ਜਿਹੜਾ ਮੋਨਾ ਸੀ ਜਿਹੜਾ ਕਿ ਮੇਰੇ ਵਰਗਾ ਹਿੰਦੂ ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੌੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਣ ਡਿਆ ਤੈਨੂੰ ਨਹੀਂ ਪਤਾ ਹੈਗਾ ਉਹ ਖੋਖੇ 'ਤੇ ਖੜ੍ਹਾ ਸੀ ਹਾਲਾਂਕਿ ਉਹ ਆਂਡਿਆਂ ਦਾ ਖੋਖਾ ਸੀ ਉਹ ਆਂਡੇ ਵੇਚਣ ਡਿਆ ਤਾਂ ਉਹ ਆਪਣੀ ਸਿਗਰਟ ਬੀੜੀ ਲਗਾਉਣ ਡਿਆ ਉਹਨੂੰ ਕਹਿੰਦਾ ਉਹ ਕਹਿੰਦਾ ਉਹ ਅੱਗੋਂ ਕਹਿਣ ਡਿਆ ਕਿ ਮੈਨੂੰ ਥੋੜ੍ਹਾ ਪਤਾ ਭਾਅ ਜੀ ਮੈਂ ਥੋੜ੍ਹਾ ਉਹਨੂੰ ਕਹਿਣ ਡਿਆ ਪੀ ਇੱਥੇ ਕਰਨ ਕਹਿੰਦਾ ਤੈਨੂੰ ਮੈਂ ਤੇਰਾ ਕੱਲ੍ਹ ਤੋਂ ਉੱਥੇ ਅੱਡਾ ਨਹੀਂ ਲੱਗਣ ਦੇਣਾ ਹੈਗਾ ਮੈਂ ਬਿਲਕੁਲ ਜਦੋਂ ਲਾਗੇ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕੀ ਗੱਲ ਹੋਣ ਡੀ ਹੈਗੀ ਹੈ ਅਤੇ ਮੈਂ ਕਿਹਾ ਜੀ ਬਾਬਾ ਜੀ ਕੀ ਗੱਲ ਹੋਈ ਹੈਗੀ ਹੈ ਤੁਸੀਂ ਇਹਨੂੰ ਹੁਣ ਇੱਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹਨੂੰ ਕਿੰਨੀ ਵਾਰੀ ਕਿਹਾ ਵਾ ਇੱਥੇ ਸਿਗਰਟਾਂ ਬੀੜੀਆਂ ਪਿਆਉਣ ਡਿਆ ਵਾ ਇਹਨੂੰ ਪਤਾ ਨਹੀਂ ਹੈਗਾ ਮੈਂ ਕਿਹਾ ਇਹ ਕਦੋਂ ਇਹਨੇ ਅੱਡਾ ਲਗਾਇਆ ਹੈਗਾ ਕਹਿੰਦਾ ਇਹਨੂੰ 20 ਸਾਲ ਹੋ ਗਏ ਆ ਮੈਂ ਕਿਹਾ ਬਾਬਾ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲਗਾਇਆ ਕਹਿੰਦਾ ਸਾਨੂੰ 15 ਦਿਨ ਹੋ ਗਏ ਮੈਂ ਕਿਹਾ ਬਾਬਾ ਜੀ ਉਹ 20 ਸਾਲ ਤੋਂ ਉੱਥੇ ਅੱਡਾ ਲਗਾਉਣ ਡਿਆ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿਣ ਡੇ ਤੇਰਾ ਅੱਡਾ ਚੁਕਾ ਦਾਂਗੇ ਮੈਂ ਕਿਹਾ ਇਹ ਗੱਲ ਗਲਤ ਹੈਗੀ ਹੈ ਇੰਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਤਾਲ ਚੜ ਗਿਆ ਉਹਨੂੰ ਗੁੱਸਾ ਚੜ ਗਿਆ ਕਿ ਇਹਨੇ ਮੈਨੂੰ ਗਲਤ ਕਿਹਾ ਹੈ ਕਿੱਦਾਂ ਦਿੱਤਾ ਫਿਰ ਉਸ ਤੋਂ ਬਾਅਦ ਹੀ ਤੈਨੂੰ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਭੂਈਆ ਹੈਗਾ ਕਿਤੋਂ ਬਾਹਰੋਂ ਆਇਆ ਦਾ ਵਾ ਕਿਤੇ ਸ਼ਾਇਦ ਕਿ ਇੱਦਾਂ ਮੈਂ ਰਾਹ ਗਿਰੀ ਕਿਉਂਕਿ ਲਾਗੇ ਹੀ ਸਟੇਸ਼ਨ ਹੈਗਾ ਵਾ ਲੋਕ ਉੱਥੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ 'ਚ ਇਸ ਵੇਲੇ ਫਸਲਾਂ ਲੱਗਣ ਡੀਆਂ ਨੇ ਝੋਨਾ ਲੱਗਣ ਡਿਆ ਵਾ ਅਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮੈਂ ਤੈਨੂੰ ਸਮਝਾਉਂਦਾ ਪੰਜਾਬੀ 'ਚ ਮੈਂ ਕੌਣ ਆ ਕੀ ਹੈ ਮੈਂ ਕਿਹਾ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾਂ ਦੱਸੋ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾ ਗੱਲ ਤਾਂ ਰੁਕ ਜਾ ਰਿਹਾ ਮਗਰੋਂ ਆ ਕੇ ਬਰਸ਼ਾ ਨਾਲ ਫੜ ਗਏ ਅਤੇ ਮੇਰੇ 'ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਅ ਲਈ ਉਹਨਾਂ ਨੂੰ ਰੋਕ ਕੇ ਮੈਂ ਫੜ ਲਿਆ ਅਤੇ ਫਿਰ ਇਹ ਮੇਰੇ ਕੋਲ ਛੁੜਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਮੇਰੇ ਕੋਲ ਛੁੜਾ ਨਹੀਂ ਪਾਏ ਇਕੱਲੇ ਨੇ ਬੜਾ ਜ਼ੋਰ ਲਾਇਆ ਛੁੜਾ ਨਹੀਂ ਪਾਏ ਮੇਰੇ ਕੋਲ ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਇਕੱਲਾ ਇੱਕੋ ਮਤਲਬ ਸੰਭਾਲਿਆ ਨਹੀਂ ਜਾਣ ਡਿਆ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ 'ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾ ਇੰਨਾ ਜ਼ੋਰ ਦੀ ਕੀਤਾ ਮੈਂ ਸੜਕ 'ਤੇ ਜਾ ਕੇ ਡਿੱਗਿਆ ਇਸ ਤੋਂ ਬਾਅਦ ਇਹਨਾਂ ਨੇ ਮੇਰੇ 'ਤੇ ਕੀ ਵਰਸਾਇਆ ਵਾ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ
ਜਦੋਂ ਮੈਨੂੰ ਹੋਸ਼ ਆਈ ਹੈ ਤਾਂ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਛ ਸੈਕਿੰਡ ਵਾਸਤੇ, ਮੇਰੇ ਇੱਥੇ ਮੱਥੇ 'ਤੇ ਲੱਗੀਆਂ ਜੀ, ਇੱਥੇ ਮੋਢੇ 'ਤੇ ਲੱਗੀਆਂ ਨੇ ਸੱਟਾਂ, ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ, ਵਰਸਾਈ ਗਏ ਨੇ, ਆਪਣਾ ਬਚਾਅ ਕੀਤਾ, ਮੇਰੇ ਆਹ ਬਾਹਾਂ 'ਤੇ ਲੱਗੀਆਂ ਨੇ ਪੂਰੀ ਸੱਟਾਂ, ਹੱਥਾਂ 'ਤੇ ਲੱਗੀ ਹੈ ਬੋਡੀ 'ਤੇ ਉੱਪਰ ਸਾਰੀ, ਹਾਂਜੀ ਉਸ ਵੇਲੇ ਮੈਂ ਕਰ ਦਿੱਤੀ ਜੀ। ਔਰ ਜਦੋਂ ਉੱਥੋਂ ਮੈਂ ਆਪਣਾ ਥੋੜ੍ਹਾ ਮੈਂ ਵੇਖਿਆ ਕਿ ਮੇਰੇ ਬਹੁਤ ਲੋਕ ਵਗਣ ਡਿਆ, ਉੱਥੇ ਜਿਹੜੇ ਰਾਹਗੀਰ ਲੰਘਣ ਡੇ ਉਹ 'ਚ ਲੇਡੀਜ਼ ਵੀ ਕੁਛ ਹੈਗੀਆਂ ਸੀ, ਕਹਿੰਦੇ ਉਹਨੂੰ ਬਚਾਓ, ਲੇਡੀਜ਼ ਇੱਕ ਮੈਂ ਦੇਖਿਆ ਉਹ ਕਹਿਣ ਡੇ ਇਹਨੂੰ ਬਚਾਓ, ਵਿਚਾਰਾ ਖੂਨ ਵਗਣ ਡਿਆ, ਦੀ ਕੋਈ ਮਦਦ ਕਰੋ, ਕੋਈ ਮਦਦ ਕਰਨ ਵਾਸਤੇ ਨਹੀਂ ਆਇਆ। ਦੇਖੋ ਇੰਨੇ ਉੱਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉੱਥੇ ਦੁਕਾਨਾਂ ਖੋਲ੍ਹ ਕੇ ਬੈਠੇ, ਇੰਨੇ ਲੋਕ ਭੀੜ ਹੈਗੀ ਹੈ, ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੀ। ਮੈਂ ਉੱਥੋਂ ਆਪਣਾ ਬਚਾਅ ਕਰਦੇ ਹੋਏ ਮੈਂ ਜਾ ਕੇ ਉੱਥੇ ਲਾਗੇ ਜਿਹੜੀ ਦੁਕਾਨ ਜਿਹੜੀ ਹੈਗੀ ਆਪਣੀ ਸੇਫਟੀ ਵਾਸਤੇ ਮੈਂ ਉੱਥੇ ਜਲੇਬੀਆਂ ਵਾਲੀ ਦੁਕਾਨ ਦੇ ਵਿੱਚ ਚਲਾ ਗਿਆ, ਠੀਕ ਹੈ, ਉੱਥੇ ਆਪਣੀ ਸੇਫਟੀ ਕਰਨ ਵਾਸਤੇ ਅਤੇ ਥੋੜ੍ਹਾ ਆਪਣੇ ਜਿਹੜੇ ਹੈਗੇ ਆ ਰਿਸ਼ਤੇਦਾਰਾਂ ਨੂੰ ਆਪਣੇ ਘਰਦਿਆਂ ਨੂੰ ਦੱਸਣ ਵਾਸਤੇ। ਸਭ ਤੋਂ ਪਹਿਲੇ ਆਪਣੇ ਫੋਨ ਕੀਤਾ, ਮੈਂ ਆਪਣੇ ਪਿਤਾ ਜੀ ਨੂੰ ਫੋਨ ਕੀਤਾ ਕਿ ਇੱਦਾਂ ਦਾ ਮੇਰੇ 'ਤੇ ਇਹ ਗੱਲ ਹੋ ਗਈ ਹੈ, ਤੁਸੀਂ ਆਓ। ਉਸ ਤੋਂ ਬਾਅਦ ਮੈਂ 112 'ਤੇ ਕਾਲ ਕੀਤੀ, ਉਸ ਤੋਂ ਬਾਅਦ ਫਿਰ ਮੈਂ 108 'ਤੇ ਕਾਲ ਕੀਤੀ, ਐਂਬੂਲੈਂਸ ਦੀ ਮੈਨੂੰ ਲੋੜ ਹੈਗੀ ਹੈ, ਮੈਂ ਇਸ ਮੈਂ ਸਿਰ ਇੰਨੀ ਗੱਲ ਕੀਤੀ, ਇਸ ਗੱਲ ਦਾ ਉਹਨਾਂ ਨੂੰ ਗੁੱਸਾ ਲੱਗ ਗਿਆ ਕਿ ਹਾਂ ਵੀ ਤੂੰ ਮੈਨੂੰ ਗਲਤ ਕਹਿ ਕਿੱਸਾ ਦਿੱਤਾ, ਕਹਿੰਦਾ ਜੀ ਅਸੀਂ ਬਦਮਾਸ਼ ਹੁੰਦੇ ਹਾਂ, ਅਸੀਂ ਤਾਂ ਬਦਮਾਸ਼ੀ ਕਰਕੇ ਦੱਸਾਂਗੇ। ਮਤਲਬ ਉੱਥੇ ਤੁਸੀਂ ਜਾ ਕੇ ਉੱਥੋਂ ਦੇ ਉਸ ਏਰੀਆ 'ਤੇ ਜਾ ਕੇ ਪੁੱਛ ਸਕਦੇ ਹੋ। ਕੱਲ੍ਹ ਉਹਨਾਂ ਨੇ ਆ ਕੇ ਮੈਨੂੰ ਆਪੇ ਉੱਥੋਂ ਦੇ ਬਾਜ਼ਾਰ ਵਾਲੇ ਨੇ ਆ ਕੇ ਗੱਲ ਕਹੀਏ ਕਿ ਰੋਜ਼ ਦਾ ਨਿੱਤ ਦਾ ਇਹਨਾਂ ਦਾ ਕੰਮ ਹੋ ਗਿਆ, ਇਹ ਮਾਰਦੇ ਕੁੱਟਦੇ ਪਏ ਰੋਜ਼, ਅੱਜ ਤੁਹਾਡੀ ਮੈਂ ਕਿਹਾ ਅੱਜ ਦਾ ਮਤਲਬ ਅੱਜ ਫਿਰ ਮੇਰੀ ਵਾਰੀ ਸੀ, ਅਤੇ ਅੱਜ ਮੈਂ ਰੋਕਿਆ ਵਾ, ਅੱਜ ਮੇਰੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਚੱਲਦਾ ਵੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਬਾਬਾ ਸਿਵਾ ਸਿੰਘ ਜੀ, ਨਿਹੰਗ ਸਿੰਘ ਜਥੇਬੰਦੀ ਨੇ ਮੋਰਚਾ ਲਾਇਆ ਹੋਇਆ ਇੱਥੇ, ਜੋ ਕਿ ਇਹ ਸਾਡਾ ਪੜਾਅ ਵਾ, ਇੱਥੇ ਸਾਡਾ ਸ਼ਰਦਾਈਆਂ ਦਾ ਪਹਿਰਾ ਵੀ ਨਾਲ ਚੱਲਦਾ। ਅਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆ ਨਾ, ਪੁਲ ਦੇ ਥੱਲੜੀ ਜਿੰਨੀ ਮਾਰਕੀਟ ਆ, ਸਾਰਿਆਂ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਵੀ ਭਾਈ ਬੀੜੀ ਸਿਗਰਟ ਦਾ ਇੱਥੇ ਸਾਡੇ ਲਾ ਕੇ ਕਿਸੇ ਨੇ ਸੇਵਨ ਨਹੀਂ ਕਰਨਾ। ਅਤੇ ਦੂਜਾ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਏ ਦੇ ਵਿੱਚ ਹੀ, ਇਹਨਾਂ ਇਹ ਸੁਝਾਅ ਵੀ ਇੱਥੇ ਬਾਥਰੂਮ ਨਹੀਂ ਕਰਨਾ, ਗੰਦਗੀ ਨਹੀਂ ਫੈਲਾਉਣੀ, ਇੱਥੇ ਕੂੜਾ ਸੁੱਟਣਾ ਦੂਰ ਜਾਣਾ, ਇਹ ਸਾਡਾ ਵਚਨ ਮੰਨ ਗਏ। ਹੁਣ ਸਾਨੂੰ 10 ਦਿਨ ਹੋ ਗਿਆ ਵੀ ਇੱਥੇ ਸੁਧਾਰ ਕਰਨ ਦੇ, ਵੀ ਇੱਥੇ ਸਾਡੇ ਲਾ ਕੇ ਕਿਸੇ ਨੇ ਬੀੜੀ ਤੰਬਾਕੂ ਨਹੀਂ ਲਾਉਣਾ। ਅਤੇ ਇਹ ਵੀਰ ਸਾਡੇ ਲਾ ਕੇ ਆਂਡੇ ਵੇਚਣ ਡਿਆ, ਇਹਨੂੰ ਵੀ ਅਸੀਂ ਅਲਰਟ ਕੀਤਾ ਵਾ ਵੀ ਭਾਈ ਆਪਣੇ ਕੰਮ ਤੋਂ ਬਾਜ਼ ਆ ਜਾ, ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ, ਜੇ ਕੀਤਾ ਤੇ ਫਿਰ ਭਾਈ ਆਪਾਂ ਤੈਨੂੰ ਵੀ ਮਤਲਬ ਪਹਿਲੋ ਤੇ ਪੰਜਾਬੀ ਨਾਲ ਸੁਧਾਰਨ ਡੇ ਆ ਤੇ ਫਿਰ ਤੈਨੂੰ ਨਿਹੰਗ ਸਿੰਘ ਫੌਜਾਂ ਵਾਂਗੂ ਸੁਧਾਰਾਂਗੇ। ਇਹ ਹੁਣ ਆਂਡੇ ਵੇਚਣ ਡਿਆ ਵਾ, ਇੱਥੇ ਇੱਕ ਭਈਆ ਕੋ ਆਂਡੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਨਾਨ ਕਰਾਉਂਦੀਆਂ, ਅਸੀਂ ਉਹਨੂੰ ਕਿਹਾ ਵੀ ਭਾਈ ਇੱਥੇ ਬੀੜੀ ਨਹੀਂ ਪੀਣਾ, ਇੱਥੇ ਬੀੜੀ ਪੀਣਾ ਮਨਾ। ਉਹ ਬੀੜੀ ਸੁੱਟ ਕੇ ਤੇ ਹੱਥ ਜੋੜ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਹੈ, ਅਸੀਂ ਉਹਨੂੰ ਕਿਹਾ ਵੀ ਤੂੰ ਆਪਣਾ ਕੰਮ ਕਰ, ਸਾਨੂੰ ਆਪਣਾ ਕਰਨ ਦੇ। ਇਹ ਤੀਜਾ ਰਾਹਗੀਰ ਇੱਥੋਂ ਦੀ ਲੰਘਦਾ ਜਾਣ ਡਿਆ, ਇਹ ਮੈਨੂੰ ਹੋਲੀ ਜਿਹਾ ਕਹਿੰਦਾ, ਕਹਿੰਦਾ ਬਾਬਾ ਜੀ ਇੱਧਰ ਆਓ। ਮੈਂ ਕਿਹਾ ਹਾਂਜੀ। ਕਹਿੰਦਾ ਤੁਹਾਨੂੰ ਕਿੰਨਾ ਚਿਰ ਹੋਇਆ ਇੱਥੇ ਆਇਆ ਨੂੰ? ਮੈਂ ਕਿਹਾ 20 ਦਿਨ। ਆਂਡਿਆਂ ਨੂੰ ਕਿੰਨਾ ਚਿਰ ਹੋਇਆ ਇੱਥੇ? ਮੈਂ ਕਿਹਾ 20 ਸਾਲ। ਅਤੇ ਕਹਿੰਦਾ ਤੁਸੀਂ ਡੱਕ ਲਓਗੇ? ਕਹਿੰਦਾ ਤੁਸੀਂ ਡੱਕ ਲਓਗੇ ਇਹਨੂੰ ਬੀੜੀ ਪੀਣ ਤੋਂ? ਮੈਂ ਕਿਹਾ ਯਾਰ ਬੀੜੀ ਪੀਣ ਤੋਂ ਆਪਾਂ ਡੱਕਣਾ ਡੱਕਣਾ ਨਾ ਤਾਂ 20 ਸਾਲਾਂ ਦੀ ਗੱਲ ਆ ਅਤੇ ਨਾ 20 ਦਿਨਾਂ ਦੀ ਗੱਲ ਆ, ਮਸਲਾ ਬੀੜੀ ਪੀਣ ਦਾ, ਹੋਰ ਮਸਲਾ ਕੋਈ ਨਹੀਂ ਗਾ। ਜਿੱਥੇ ਨਿਹੰਗ ਸਿੰਘ ਫੌਜ ਦਾ ਤਾਰਾ ਆਊਗਾ ਉੱਥੇ ਜਗਤ ਜੂਠ ਬੱਜਰ ਕਰਾਹਟ ਵਾਲੇ ਬੰਦੇ ਨੂੰ ਆਪਾਂ ਡੱਕਾਂਗੇ ਡੱਕਾਂਗੇ, ਭਾਵੇਂ ਸ਼ਹਿਨਸ਼ਾਹ ਕਿਉਂ ਨਹੀਂ ਗਾ। ਇੰਨੀ ਗੱਲ ਕਰਦਿਆਂ ਕਰਦਿਆਂ ਇੱਥੇ ਸਾਡੀ ਤੂੰ ਤੂੰ ਮੈਂ ਹੋ ਗਈ ਆ, ਅਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ, ਮੀਡੀਆ ਦੇ ਵਿੱਚ ਖਲੋ ਕੇ ਕਹਿੰਦੇ ਆ ਇੱਕੋ ਹੀ ਚਪੇੜ, ਇੱਕ ਚਪੇੜ ਮਾਰੀ ਆ, 2 ਲੋੜੀਆਂ ਖਾਂਦਾ ਥਾਮਣਾ ਵੱਜਾ ਵਾ ਅਤੇ ਭੱਜ ਕੇ ਜਾ ਕੇ ਜਲੇਬੀਆਂ ਦੇ ਅੰਦਰ ਵੜ ਗਿਆ ਵਾ, ਆਹ ਸਾਹਮਣੇ ਜਲੇਬੀਆਂ ਦਾ ਖੋਖਾ ਜੇ, ਦੂਜੀ ਚਪੇੜ ਨਹੀਂ ਇਹਨੂੰ ਮਾਰੀ, ਆਹ ਡਾਂਗ ਮੇਰੇ ਕੋਲ ਆ,
ਸਿਰਫ ਪੋਲੀ ਜੀ ਮਾਰੀ ਕੋਈ ਵੀ ਤੇ ਦੌੜ ਗਿਆ ਵਾ। ਆਹ ਵਾਕਿਆ ਹਜੇ ਹੋਰ ਇਹਨੂੰ ਬਾਅਦ ਇਹਨੂੰ ਕੁਛ ਨੀ ਚੁੱਕਿਆ ਫੌਜਾਂ ਨੇ। ਹੁਣ ਜਾ ਕੇ ਪਤਾ ਲੱਗਾ ਵੀ ਉਹ ਹਸਪਤਾਲ ਦਾਖਲ ਹੋਇਆ ਤੇ ਕੋਈ ਗੱਲ ਨੀ, ਜੋ ਪਰਮੇਸ਼ਰ ਕਰੂ ਚੜ੍ਹਦੀ ਕਲਾ ਹੀ ਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰਨ, ਸਾਨੂੰ ਬਲ ਬਖਸ਼ਣ, ਇਹਨਾਂ ਦੇ ਨਾਲ ਸਾਨੂੰ ਮਤਲਬ ਨਜਿੱਠਾਂਗੇ ਇਹਨਾਂ ਦਾ ਜੋ ਵੀ ਕਰਨਗੇ। ਉਹਦੇ ਨਾਲ ਸਾਡਾ ਜ਼ਿਆਦਾ ਕੋਈ ਜਾਤੀ ਵੈਰ ਨਹੀਂ, ਉਹਦੇ ਨਾਲ ਸਾਡਾ ਕੋਈ ਵੈਰ ਵਿਰੋਧ ਵੀ ਨਹੀਂ ਸਾਡਾ। ਸਿਰਫ ਉਹਦਾ ਇਹ ਮਸਕਦੀ ਕਹਿੰਦਾ ਤੂੰ ਕੌਣ ਹੁੰਦਾ ਇਹਨੂੰ ਡੱਕਣ ਵਾਲਾ, ਤੂੰ ਕਹਿਣ ਤੋਂ ਅਸੀਂ ਫਰਲੇ ਵਾਲੀਆਂ ਫੌਜਾਂ ਵਾਂ, ਨਿਹੰਗ ਸਿੰਘ ਫੌਜਾਂ ਵਾਂ, ਸਾਡੇ ਨਾਲ ਤਾਂ ਫਰਜ਼ ਨਹੀਂ ਬਣਦਾ ਤਾਂ ਗੱਲ ਕਰਨ ਦਾ। ਦੁਕਾਨਦਾਰ ਸਾਡੇ ਲਾਗੇ ਆ, ਦੁਕਾਨਦਾਰ ਗੱਲ ਕਰੇ, ਜਿਹਨੂੰ ਅਸੀਂ ਡੱਕਿਆ ਉਹ ਸਾਡੇ ਨਾਲ ਗੱਲ ਕਰੇ, ਇਹਦਾ ਨਹੀਂ ਫਰਜ਼ ਬਣਦਾ। ਤੂੰ ਇਹਨੇ ਸਭ ਫੌਜਾਂ ਨੂੰ ਕਿਹਾ ਵੀ ਤੂੰ ਕੌਣ ਨਾ ਡੱਕਣ ਵਾਲਾ, ਫੌਜਾਂ ਗੱਡੀ ਦਾ ਇਸ਼ਨਾਨ ਕਰਾਉਣ ਡੀਆਂ ਸੀ, ਕਮਰ ਕੱਸੇ ਲੱਗੇ ਆ, ਸ਼ਸਤਰ ਜਿਹੜੇ ਸਾਡੇ ਆਸਣ ਤੇ ਪਏ ਆ। ਮੈਂ ਇਹਨੂੰ ਕਿਹਾ, ਮੈਂ ਕਿਹਾ 2 ਮਿੰਟ ਖੜ ਜਾ ਹੁਣ ਇੱਥੇ, ਜਾਈ ਨਾ ਇੱਥੇ। ਖੜ ਗਿਆ ਵਾ, ਮੈਂ ਡਾਂਗ ਰੱਖੀ ਹੱਥ ਮੋਢੇ ਤੇ, ਮੈਂ ਕਿਹਾ ਹੁਣ ਬੋਲ ਵੇ ਤੂੰ ਕੌਣ ਨਾ ਮੈਨੂੰ ਪੁੱਛਣ ਵਾਲਾ। ਬਸ ਇੰਨੀ ਗੱਲ ਗਈ, ਉਹਨੇ ਮੇਰੀ ਡਾਂਗ ਫੜ ਲਈ ਵਾਰੀਓ। ਮੈਂ ਕਿਹਾ ਭਾਈ ਡਾਂਗ ਛੱਡ ਦੇ ਚੰਗਾ ਰਹੂੰਗਾ ਜੀ, ਕਹਿੰਦਾ ਨਹੀਂ ਛੱਡਣੀ। ਫੌਜਾਂ ਨੇ ਇੱਕੋ ਵੀਰ ਰਾਸ ਚਾੜ ਕੇ ਮਾਰੀ ਆ, 2 ਵਾਰੀ ਥਾਮਣਾ ਵੱਜ ਗਿਆ, ਮੁੜ ਕੇ ਉੱਠਣ ਦੀ ਜ਼ਰੂਰਤ ਨਹੀਂ ਪਈ। ਫਿਰ ਮੈਂ ਪੋਲੀ ਜੀ ਫਿਰ ਢੂੰਗੇ ਦੇ ਮਾਰੀ ਆ, ਉੱਠ ਕੇ ਜਾ ਕੇ ਜਲੇਬੀਆਂ ਵਾਲੇ ਕੋਲ ਭੱਜ ਕੇ ਵੜ ਗਿਆ ਵਾ। ਪੁਲਿਸ ਇੱਥੇ ਆਈ ਆ ਵੀ ਬਾਬਾ ਜੀ ਕੀ ਗੱਲ ਹੋਈ ਆ, ਅਸੀਂ ਦੱਸੀ ਆ, ਕਹਿੰਦੇ ਥਾਣੇ ਆ ਜਾਓ। ਅਸੀਂ ਥਾਣੇ ਗਏ ਆ, ਉਹ ਕਹਿੰਦੇ ਬਾਬਾ ਜੀ ਉਹਦਾ ਹਸਪਤਾਲ ਚਲ ਗਏ ਆ। ਅਸੀਂ ਕਿਹਾ ਕੋਈ ਗੱਲ ਨਹੀਂ, ਫਿਰ ਜੋ ਪਰਮੇਸ਼ਰ ਕਰੂ ਵੇਖੀ ਜਾਊਗੀ। ਬਾਕੀ ਸਾਡਾ ਕਿਸੇ ਨਾਲ ਕੋਈ ਵਿਰਾਦ ਨਹੀਂ ਗਾ, ਨਾ ਹੀ ਬੀੜੀਏ ਕੰਮ ਡੱਕਦੇ ਆ ਫੈਕਟਰੀਆਂ ਵਾਲਿਆਂ ਨੂੰ, ਨਾ ਸ਼ਰਾਬ ਵਾਲੇ ਠੇਕੇ ਡੱਕਦੇ ਆ। ਸਿਰਫ ਜਿੰਨਾ ਕੁ ਸਾਡਾ ਏਰੀਆ ਦਾਇਰਾ ਨਾ, ਅਸੀਂ ਉੱਥੇ ਕੁ ਡੱਕਾਂਗੇ, ਆਪਣੇ ਏਰੀਏ 'ਚ ਸੀਮਤ ਰਹਿ ਕੇ। ਭਾਈਚਾਰਕ ਸਾਂਝ ਤੇ ਤਾਂ ਖਤਮ ਹੋਊਗੀ ਨਾ, ਵੀ ਜਾਂ ਅਸੀਂ ਕਿਸੇ ਦੇ ਖਿਲਾਫ ਬੋਲਾਂਗੇ, ਜਾਂ ਅਸੀਂ ਕਿਸੇ ਦਾ ਵਿਰੋਧ ਕਰਾਂਗੇ, ਜਾਂ ਅਸੀਂ ਕਿਸੇ ਨੂੰ ਕੋਈ ਭੱਦੀ ਸ਼ਬਦਾਵਲੀ ਬੋਲਾਂਗੇ। ਅਸੀਂ ਤਾਂ ਕਿਸੇ ਨੂੰ ਕਦੀ ਕਦੀ ਮਾੜੇ ਸ਼ਬਦ ਵੀ ਨਹੀਂ ਬੋਲਦੇ, ਆਪਣੀ ਮੌਜ ਦੇ ਵਿੱਚ ਰਹੀਦਾ। ਘੋੜੇ ਵੱਜੇ ਆ ਫੌਜਾਂ ਦੇ, ਪੜਾਅ ਲੱਗਾ ਵਾ ਨਿਹੰਗ ਸਿੰਘ ਫੌਜਾਂ ਦਾ, ਰਾਜ ਸਾਜ ਖੜਿਆ ਵਾ, ਇੱਥੇ ਡੰਡੇ ਕੁੰਡੇ ਖੜਕਦੇ ਆ ਫੌਜਾਂ ਦੇ, ਆਪਣੀ ਮੌਜ ਚਾਹੀਦਾ ਵਾ। ਕਿਸੇ ਨੂੰ ਅਸੀਂ ਕੁਛ ਨਹੀਂ ਕਹਿੰਦੇ, ਆਪਾਂ ਬਿਲਕੁਲ ਅਲਰਟ ਕੀਤਾ ਵਾ, ਹਾਈ ਅਲਰਟ, ਵੀ ਸਾਡੇ ਏਰੀਆ 'ਚ ਕਿਸੇ ਨੇ ਬੀੜੀ ਤੰਬਾਕੂ ਪੀਣ ਦੀ ਜ਼ਰੂਰਤ ਕੀਤੀ, ਉਹ ਆਪਣੇ ਆਪ ਦਾ ਆਪ ਖੁਦ ਦਾ ਆਪ ਜ਼ਿੰਮੇਵਾਰ ਹੋਊਗਾ। ਇਹ ਗੁਰੂ ਦੇ ਪਿਆਰਿਓ, ਨਾਮ ਆ ਸਾਡਾ ਜਥੇਦਾਰ ਬਾਬਾ ਦਲਬਾਗ ਸਿੰਘ ਜੀ, ਉਹਦਾ ਨਾਮ ਆ ਮਨਪ੍ਰੀਤ ਸਿੰਘ ਜੀ। ਹਾਂਜੀ ਬਾਬਾ ਜੀ, ਗੱਲ ਇੱਦਾਂ ਹੋਈ ਆ ਵੀ ਆਹ ਗੱਡੀ ਸਾਡੀ ਹੋਈ ਪੰਚਰ, ਇਹਨੂੰ ਅਸੀਂ ਸ਼ਾਮੀ ਪਈ ਟਾਇਰ ਨੂੰ ਪੰਚਰ ਲਵਾ ਕੇ ਲਿਆਂਦਾ ਵਾ, ਲਿਆ ਕੇ ਆਪਣਾ ਟਾਇਰ ਕੱਸਿਆ ਵਾ, ਮੁੜ ਕੇ ਅਸੀਂ ਆਪਣੀ ਗੱਡੀ ਧੋਣ ਡਏ ਹਾਂ, ਗੱਡੀ ਧੋਣ ਡਏ ਹਾਂ। ਇੱਥੇ ਆਂਡਿਆਂ ਵਾਲਾ ਅੱਡਾ ਲੱਗਾ ਆਂਡਿਆਂ ਦਾ, ਇਹਦੇ ਲਾਗੇ ਮੁੰਡੇ ਨੇ ਆ ਕੇ ਭਈਏ ਨੇ ਤੇ ਆਂਡੇ ਲਏ ਆ, ਅਤੇ ਉਹ ਆ ਕੇ ਇੱਥੇ ਬੀੜੀ ਪੀਣ ਡਿਆ ਪਿਆ। ਉਹਨੂੰ ਕਾਕੇ ਸਾਡੇ ਨੇ ਡੱਕਿਆ ਵੀ ਭਈਆ ਬੀੜੀ ਨਾ ਪੀ, ਉਹ ਕਹਿੰਦਾ ਬਾਬਾ ਜੀ ਨਹੀਂ ਪੀਂਦਾ। ਉਹਨੇ ਬੀੜੀ ਸੁੱਟ ਕੇ ਅਤੇ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਨਹੀਂ ਪੀਂਦਾ ਬੀੜੀ। ਉਹ ਆਂਡਿਆਂ ਵਾਲਾ ਬੰਦਾ ਆਪਣਾ ਕੰਮ ਕਰਨ ਡਿਆ ਪਿਆ ਵਾ, ਅਸੀਂ ਆਪਣਾ ਕੰਮ ਕਰਨ ਡਿਆ ਪਿਆ। ਉਹ ਮੁੰਡਾ ਉੱਧਰੋਂ ਆਇਆ ਪਰਲੀ ਸਾਈਡ ਤੋਂ, ਆ ਕੇ ਕਹਿੰਦਾ ਵੀ ਕੀ ਗੱਲ ਹੋਈ ਆ, ਕੀ ਗੱਲ ਹੋਈ ਆ। ਉਹ ਕਾਕੇ ਸਾਡੇ ਨੇ ਦੱਸਿਆ ਵੀ ਆਹ ਗੱਲ ਹੋਈ ਆ, ਇਹ ਬੀੜੀ ਪੀਂਦਾ ਵਾ, ਇਹਨੂੰ ਅਸੀਂ ਡੱਕਿਆ। ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਚਿਰ ਹੋਇਆ ਇੱਥੇ ਅੱਡਾ ਲਾਏ ਨੂੰ, ਉਹ ਅੰਦਾਜ਼ੇ ਨਾਲ ਉਹਦੇ ਮੂੰਹ ਨਿਕਲਿਆ, ਕਹਿੰਦਾ ਇਹਨੂੰ ਹੋ ਗਏ ਹੋਣਗੇ 20 ਸਾਲ। ਕਹਿੰਦਾ ਤੁਹਾਨੂੰ ਕਿੰਨਾ ਕੁ ਹੋਇਆ? ਕਹਿੰਦਾ ਸਾਨੂੰ ਹੋ ਗਏ ਹੋਣਗੇ 20-25 ਦਿਨ। ਅਤੇ ਕਹਿੰਦਾ ਤੁਸੀਂ ਕਿੱਦਾਂ ਬੀੜੀ ਪੀਣਾ ਨੂੰ ਡੱਕ ਸਕਦੇ ਜੇ? ਉਹ ਕਹਿੰਦਾ ਵੀ ਅਸੀਂ ਤਾਂ ਡੱਕਣਾ। ਉਹ ਹੋਰ ਕਹਿੰਦਾ ਵੀ ਅਸੀਂ ਪੀਣੀ ਆ, ਤੁਸੀਂ ਡੱਕੋ। ਇਸੇ ਗੱਲੋਂ ਹੀ ਗੱਲ ਖਾ ਮਖਾ ਹੋ ਗਈ ਜੀ, ਹੋਰ ਗੱਲ ਕੋਈ ਨਹੀਂ। ਉੱਥੋਂ ਭਾਈ ਇਹਦੇ ਕੋਲ ਡਾਂਗ ਹੀ ਸਾਡੇ ਕਾਕੇ ਕੋ, ਇਹਦੇ ਕੋਲ ਉਹਨੇ ਨਾ ਡਾਂਗ ਫੜ ਲਈ ਆ ਮੁੰਡੇ ਨੇ, ਇੰਨਾ ਇਹਨੇ ਡਾਂਗ ਉਹਦੇ ਕੋਲ ਛਡਾਈ ਆ, ਉਹਦੇ ਫਿਰ ਇਹਨੇ ਚਪੇੜ ਮਾਰੀ ਆ, ਚਪੇੜ ਮਾਰੀ ਤਾਂ ਉੱਥੇ ਡਿੱਪਿਆ ਹੈ। ਉਹ ਸਰ ਇੱਦਾਂ ਸੀ ਵੀ ਰਾਤ ਨਾ ਇਹ ਕਿਤੇ ਆਪਣੇ ਉਧਰੋਂ ਆਉਣ ਡੇ ਸੀ ਬਾਲ ਕਟਿੰਗ ਕਰਕੇ, ਨੀਰਜ ਵਰਮਾ ਹੋਣੀ, ਉੱਥੇ ਨਿਹੰਗ ਸੀ ਕਿਤੇ, ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੂੰ ਤੂੰ ਮੈਂ ਹੋ ਗਿਆ ਉਸੇ ਵਿੱਚ।
ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋਈ ਉਹਨਾਂ ਦੋਵਾਂ ਦੀ, ਨਿਹੰਗ ਦੀ ਅਤੇ ਇਹਨਾਂ ਦੀ। ਉਹ ਨਿਹੰਗ ਦੇ ਉਹ ਦੋ ਜਣੇ ਸੀ, ਪਿਓ ਪੁੱਤ ਸੀਗੇ ਇਹਨਾਂ ਦੇ, ਨਾ ਸੱਟ ਸੁੱਟ ਲਾਤੀ ਸੀ ਅਤੇ ਰਾਤ ਨੂੰ ਦਾਖਲ ਕਰਾਤਾ ਸੀ ਹੋਸਪਿਟਲ। ਅਤੇ ਹੋਸਪਿਟਲ ਵਿੱਚ ਆਪਾਂ ਰਾਤੀ ਆਏ ਸੀਗੇ ਅਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਅਤੇ ਐਮ ਐਲ ਆਰ ਸਾਡੇ ਕੋਲ ਆ ਗਈ ਆ ਅਤੇ ਹੁਣ ਅਸੀਂ ਆਏ ਹਾਂ ਇਹਨਾਂ ਦੇ ਬਿਆਨ ਹਾਸਲ ਕਰਨ ਵਾਸਤੇ। ਅਤੇ ਡਾਕਟਰ ਸਾਹਿਬ ਨੇ ਫਿੱਟ ਲਿਖਤਾ ਉਹਨਾਂ ਦੇ, ਫਿੱਟ ਲਿਖ ਕੇ ਅਤੇ ਇਹਨਾਂ ਦੇ ਹੁਣ ਬਿਆਨ ਹਾਸਲ ਕਰਕੇ ਅਤੇ ਮੁਕੱਦਮਾ ਦਰਜ ਕਰਨ ਲੱਗੇ ਹਾਂ ਨਿਹੰਗ ਦੇ ਖਿਲਾਫ਼। ਜੋ ਵੀ ਮੰਨਦੇ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਊਗੀ ਆਪਾਂ ਕਰਨ ਲੱਗੇ ਹਾਂ। ਜੋ ਵੀ ਜਿਹੜੀ ਸੱਟਾਂ ਇਹਦੀਆਂ ਦੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਿਕ ਕਾਰਵਾਈ ਹੋਊਗੀ, ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਊਗੀ।